ਪਾਕਿਸਤਾਨ ਦੇ ਟੀਵੀ ਚੈਨਲ ਤੇ ਮੈਂ ਮੁਲਾਕਾਤ ਦੇਖ ਰਿਹਾ ਸਾਂ ਅਕਰਮ ਰਾਹੀ ਹੋਰਾਂ, ਉਸ ਵਿੱਚ ਗੱਲ ਕਰਦਿਆਂ ਕਰਦਿਆਂ ਇਹ ਕਿਹਾ ਕਿ 1997 ਦੇ ਵਿੱਚ ਮੋਹਾਲੀ 'ਚ ਇੱਕ ਬੜਾ ਵੱਡਾ ਲੋਕ ਸੰਗੀਤ ਮੇਲਾ ਹੋਇਆ, ਉਸ 'ਚ ਮੁਕਾਬਲੇ ਵੀ ਕਰਵਾਏ ਗਏ, ਮੁਕਾਬਲਿਆਂ ਦੇ ਵਿੱਚ ਜੱਜ ਬਿਠਾਏ ਗਏ, ਜੱਜਾਂ ਨੇ ਮੈਨੂੰ ਪਹਿਲਾ ਇਨਾਮ ਦਿੱਤਾ, ਜਦਕਿ ਉਸ ਦੇ ਵਿੱਚ ਰੇਸ਼ਮਾ ਸ਼ੌਕਤ ਅਲੀ ਸਾਹਿਬ, ਰੈਸਨ ਭੱਟੀ ਸਾਹਿਬ ਅਤੇ ਹੋਰ ਪੰਜਾਬੀ ਗਾਇਕਾਂ 'ਚੋਂ ਸੁਰਿੰਦਰ ਕੌਰ, ਸਾਡੇ ਹੰਸਰਾਜ ਹੰਸ ਕੈਨੇਡਾ ਤੋਂ, ਹਰਭਜਨ ਮਾਨ, ਔਰ UK ਤੋਂ ਮਲਕੀਤ ਸਿੰਘ ਗੋਲਡਨ ਸਟਾਰ, ਔਰ ਕਮਲਜੀਤ ਨੀਰੂ ਹੋਰੀ ਵੀ ਉਦੋਂ ਆਏ ਹੋਏ ਸੀ, ਕਿਉਂਕਿ ਉਸ ਸਮਾਗਮ ਨੂੰ ਪੇਸ਼ ਕੀਤਾ ਸੀ ਨੱਚਦੀ ਜੋਨੀ ਕਲਚਰ ਸੁਸਾਇਟੀ ਨੇ, ਮੈਂ ਵੀ ਉਸਦਾ ਹਿੱਸਾ। ਉਸ ਸਮਾਗਮ ਦੇ ਵਿੱਚ ਵਾਗੇ ਤੋਂ ਰਿਸੀਵ ਕਰਨ ਤੋਂ ਲੈ ਕੇ ਇਹਨਾਂ ਸਾਰੇ ਆਰਟਿਸਟਾਂ ਨੂੰ ਤੋਰਨ ਤੱਕ ਦਾ ਸਾਰਾ ਸਫ਼ਰ ਮੈਂ ਅੰਗ ਸੰਗ ਰਿਹਾ, ਔਰ ਉਸ ਸਮਾਗਮ 'ਚ ਵੀ ਦੋਵੇਂ ਦਿਨ ਅਸੀਂ ਮੈਂ ਔਰ ਸਰਦਾਰ ਜਗਦੇਵ ਸਿੰਘ ਜੱਸੋਵਾਲ ਹਾਜ਼ਰ ਸਾਂ, ਪੰਮੀ ਬਾਈ ਔਰ ਹਰਨੇਕ ਸਿੰਘ ਘੜੂਆਂ ਦੀ ਹਿੰਮਤ ਸਦਕਾ ਬਹੁਤ ਵੱਡਾ ਫੈਸਟੀਵਲ ਸੀ। ਇਹ ਗੱਲ ਮੈਂ ਦੱਸਣੀ ਚਾਹੁੰਦਾ ਕਿ ਉੱਥੇ ਕੋਈ ਮੁਕਾਬਲਾ ਨਹੀਂ ਹੋਇਆ, ਕੋਈ ਪੈਨਲ ਨਹੀਂ ਸੀ ਬਿਠਾਇਆ ਗਿਆ, ਸਿਰਫ ਪਰਫਾਰਮੈਂਸ ਸੀ। ਸਾਰੇ ਆਰਟਿਸਟਾਂ ਨੇ ਬੜਾ ਅੱਛਾ ਗਾਇਆ, ਸੁਰਿੰਦਰ ਕੌਰ ਭੈਣ ਜੀ ਨੇ ਬਹੁਤ ਅੱਛਾ ਗਾਇਆ, ਸ਼ੌਕਤ ਅਲੀ ਸਾਹਿਬ ਨੇ ਬਹੁਤ ਅੱਛਾ ਗਾਇਆ, ਰੇਸ਼ਮਾ ਜੀ ਨੇ ਬਹੁਤ ਅੱਛਾ ਗਾਇਆ, ਨੈਸਨ ਭੱਟੀ ਹੋਰਾਂ ਨੇ ਕਮਾਲ ਹੀ ਕਰ ਦਿੱਤੀ, ਅਕਰਮ ਰਾਹੀ ਹੋਰਾਂ ਨੇ ਬੜਾ ਸੋਹਣਾ ਗਾਇਆ। ਪਰ ਇਹੋ ਜਿਹੀ ਜਦੋਂ ਗੱਲ ਆਪਾਂ ਕਰਦੇ ਹਾਂ ਤਾਂ ਉਹ ਲੋਕਾਂ ਦੇ ਮਨ ਵਿੱਚ ਪੱਕੀ ਬਹਿ ਜਾਂਦੀ ਹੈ ਕਿ ਸ਼ਾਇਦ ਸੱਚ ਕੀ ਹੈ। ਦੋਸਤੋ, ਕੋਈ ਮੁਕਾਬਲਾ ਨਹੀਂ ਹੋਇਆ, ਇਸ ਕਰਕੇ ਮੈਂ ਕੰਟਰਡਿਕਟ ਤਾਂ ਨਹੀਂ ਕਰਨਾ ਚਾਹੁੰਦਾ, ਪਰ ਨਾਲ ਦੀ ਨਾਲ ਇਹ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਅਕਰਮ ਰਾਹੀ ਹੋਰਾਂ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਅਕਰਮ ਰਾਹੀ ਹੋਰਾਂ ਦਾ ਆਪਣਾ ਕੈਲੀਬਰ ਬਹੁਤ ਵੱਡਾ, ਸਾਰੇ ਉਹਨਾਂ ਦੀ ਇੱਜ਼ਤ ਕਰਦੇ ਨੇ, ਪਰ ਇਹੋ ਜਿਹੀ ਨਿੱਕੀਆਂ ਗੱਲਾਂ ਕਈ ਵਾਰੀ ਬੰਦੇ ਦਾ ਕੱਦ ਨਿੱਕਾ ਕਰਦੀਆਂ ਨੇ। ਸੋ ਮੈਂ ਆਪਣੇ ਵੀਰ ਨੂੰ ਸੁਜੈਸਟ ਇਹੀ ਕਰਾਂਗਾ, ਸੁਝਾਅ ਇਹੀ ਦਿਆਂਗਾ ਕਿ ਤੁਸੀਂ ਅੱਗੇ ਤੋਂ ਤੱਥ ਨੂੰ ਵਿਗਾੜ ਕੇ ਨਾ ਪੇਸ਼ ਕਰੋ। ਦੂਸਰੀ ਗੱਲ ਕਿ ਉਦੋਂ ਅਸਾਂ ਹਰਨੇਕ ਸਿੰਘ ਘੜੂਆਂ ਸਾਬਕਾ ਮੰਤਰੀ ਹੋ ਚੁੱਕੇ ਸੀ, ਔਰ ਉਸ ਵਕਤ ਦੀ ਜਿਹੜੀ ਮੁੱਖ ਮੰਤਰੀ ਸੀ ਬੀਬੀ ਰਜਿੰਦਰ ਕੌਰ ਭੱਠਲ ਸੀ, ਔਰ ਉਹ ਨਹੀਂ ਸੀ ਆਈ ਸਮਾਗਮ ਦੇ ਵਿੱਚ, ਸਗੋਂ ਜਿਹੜੀ ਰਾਤ ਦੀ ਰੋਟੀ ਸੀ ਉਹ ਸਹਰਚਰਨ ਸਿੰਘ ਬਰਾੜ, ਜਿਹੜੇ ਸਾਬਕਾ ਮੁੱਖ ਮੰਤਰੀ ਸੀ, ਉਹਨਾਂ ਨੇ ਆਪਣੇ ਘਰ ਕੀਤੀ ਸੀ। ਹਾਂ, ਉਹ ਭੁਲੇਖਾ ਲੱਗਿਆ ਹੋ ਸਕਦਾ ਇਹਨਾਂ ਨੂੰ ਕਿ ਸ਼੍ਰੀਮਤੀ ਗੁਰਵਿੰਦਰ ਕੌਰ ਬਰਾੜ ਜਿਹੜੀ ਉਹਨਾਂ ਸਰਦਾਰ ਨਹੀਂ ਸੀ, ਉਹਨਾਂ ਦੀ ਕੋਈ ਇੱਜ਼ਤ ਫਜ਼ਾਈ ਸਾਰੇ ਜਿੱਥੇ ਮਹਿਮਾਨਾਂ ਦੀ ਕੀਤੀ ਹੋਏਗੀ ਉੱਥੇ ਇਹਨਾਂ ਦੀ ਵੀ ਕੀਤੀ ਹੋਏਗੀ। ਕੋਈ ਮੁੱਖ ਮੰਤਰੀ ਜਾਂ ਉਸ ਵੇਲੇ ਦੇ ਹਕੂਮਤ ਦੇ ਵਿੱਚੋਂ ਵੱਡਾ ਕੋਈ ਅਹਿਲਕਾਰ ਮੋਹਾਲੀ ਫੈਸਟੀਵਲ 'ਚ ਨਹੀਂ ਸੀ ਆਇਆ, ਕਿਉਂਕਿ ਹਰਨੇਕ ਸਿੰਘ ਹੋਰੀ ਕਿਉਂਕਿ ਸਾਬਕਾ ਹੋ ਚੁੱਕੇ ਸੀ, ਔਰ ਨਵੇਂ ਕੈਬਨਿਟ ਨੇ ਜਿਹੜੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਸੀ। ਇਸ ਕਰਕੇ ਇਸ ਤੱਥ ਨੂੰ ਵੀ ਮੈਂ ਬੁਰੀ ਤਰ੍ਹਾਂ ਨਾਲ ਰਿਜੈਕਟ ਕਰਦਾ, ਔਰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਬਹੁਤ ਬਹੁਤ ਧੰਨਵਾਦ। ਮੈਂ ਇਕਬਾਲ ਮਾਹਲ ਟੋਰਾਂਟੋ ਕੈਨੇਡਾ ਤੋਂ ਬੋਲ ਰਿਹਾ, ਅਤੇ ਮੈਂ ਕੋਈ ਪਿਛਲੀ ਜ਼ਿੰਦਗੀ ਦੇ ਪਿਛਲੇ 50 ਵਰੇ ਮਿਊਜ਼ਿਕ ਫੀਲਡ 'ਚ ਗੁਜ਼ਾਰੇ ਨੇ। ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਬੜੇ ਬੜੇ ਫਨਕਾਰਾਂ ਨਾਲ ਕੰਮ ਕੀਤਾ, ਮਹਿਦੀ ਸਾਹਿਬ, ਜਗਜੀਤ ਸਿੰਘ, ਸ਼ੌਕਤ ਅਲੀ ਸਾਹਿਬ ਅਤੇ ਸੁਰਿੰਦਰ ਕੌਰ ਹੋਣੀ, ਰੇਸ਼ਮਾ ਜੀ। ਇਹ ਇੱਕ ਬਹੁਤ ਵੱਡਾ ਸਰਮਾਇਆ। ਹੁਣੇ ਹਾਲ 'ਚ ਮੈਂ ਗੱਲ ਸੁਣ ਰਿਹਾ ਸਾਂ ਕਿ ਸਾਡੇ ਸ਼ੌਕਤ ਅਲੀ ਸਾਹਿਬ ਅਤੇ ਰੇਸ਼ਮਾ ਜੀ ਅਤੇ ਨਾਇਕ ਭੱਟੀ ਸਾਹਿਬ ਹਿੰਦੁਸਤਾਨ ਆਏ ਨੇ, ਬੜੇ ਅਰਸਾ ਹੋ ਗਿਆ। ਅਤੇ ਉਸ ਮੌਕੇ 'ਤੇ ਜੋ ਵੀ ਫੰਕਸ਼ਨ ਸੀ ਉਹ 'ਚ ਹਰਭਜਨ ਮਾਨ ਹੋਣੀ ਵੀ ਸੀ, ਸਾਡੇ ਹੁਣ ਦੇ CM ਸਾਹਿਬ ਭਗਵੰਤ ਵੀ ਸੀ, ਅਤੇ ਰਜਿੰਦਰ ਕੌਰ ਭੱਠਲ ਉਦੋਂ ਪੰਜਾਬ ਦੇ ਚੀਫ ਮਿਨਿਸਟਰ ਸੀ। ਉਹਨਾਂ ਨੇ ਸ਼ੌਕਤ ਸਾਹਿਬ ਨੂੰ, ਭੱਟੀ ਸਾਹਿਬ ਨੂੰ ਇੱਕ ਇੱਜ਼ਤ ਅਫਜ਼ਾਈ ਦਾ ਜਿੱਦਾਂ ਨਾ ਆਨਰ ਕੀਤਾ ਸੀ। ਇਹ ਕੋਈ ਮਿਊਜ਼ਿਕ ਦਾ ਮੁਕਾਬਲਾ ਨਹੀਂ ਸੀ, ਇਹ ਤਾਂ ਜਿਹੜੇ ਸਾਡੇ ਪੁਰਾਣੇ ਦੂਸਰੇ ਪੰਜਾਬ ਤੋਂ ਲੰਘਦੇ ਪੰਜਾਬ ਤੋਂ ਸਾਡੇ ਵੱਲ ਨਹੀਂ ਆਏ ਸੀ। ਉਹਨਾਂ ਬੜਾ ਮਤਬਰਕ ਦਿਨ ਸੀ ਜਿਹਨੂੰ ਸਾਹਮਣੇ ਬੈਠ ਕੇ ਸੁਰਿੰਦਰ ਕੌਰ ਵਰਗੇ ਕਲਾਕਾਰ ਸੁਣ ਰਹੇ ਨੇ। ਮੈਂ ਇਹ ਵੀ ਦੱਸਦਾ ਕਿ ਸੁਰਿੰਦਰ ਕੌਰ ਹੋਣਿਆਂ ਦੇ ਸੁਰਿੰਦਰ ਕੌਰ ਜੀ ਮੇਰੇ ਉਹਨਾਂ ਨੇ ਜ਼ਿੰਦਗੀ ਦੇ 50 ਵਰੇ ਅਖੀਰਲੇ ਗੁਜ਼ਾਰੇ ਨੇ। ਉਹ ਸ਼ੌਕਤ ਅਲੀ ਸਾਹਿਬ ਦੇ ਬਹੁਤ ਵੱਡੇ ਫੈਨ ਸੀ। ਇਹ ਘਰ ਮੇਰੇ ਇਹਨਾਂ ਦੀ ਮੁਲਾਕਾਤ ਵੀ ਕੈਨੇਡਾ 'ਚ ਵੀ ਹੋਈ, ਉਹ ਵੀ ਸਾਹਮਣੇ ਬੈਠ ਕੇ ਸੁਣ ਰਹੇ ਸੀ, ਬੜਾ ਮਜ਼ਾ ਆ ਰਿਹਾ ਸੀ। ਤੋ ਜਿਹੜਾ ਉਹ ਫੰਕਸ਼ਨ ਸੀ ਉਹ ਆਏ ਪ੍ਰਾਹੁਣਿਆਂ ਨੂੰ ਵੈਲਕਮ ਕਰਨਾ ਸੀ, ਜੀਆਂ ਦੇਣਾ ਸੀ, ਫੁੱਲਾਂ ਦੇ ਹਾਰ ਦਿੱਤੇ ਗਏ, ਕੁਝ ਹੋਰ ਵੀ ਦਿੱਤਾ ਗਿਆ, ਅਤੇ ਇਹ ਕੋਈ ਕੰਪੀਟੀਸ਼ਨ ਨਹੀਂ ਸੀ, ਇਹ ਤਾਂ ਇੱਕ ਇੱਜ਼ਤ ਅਫਜ਼ਾਈ ਸੀ। ਤੋ ਮੈਨੂੰ ਬੜੀ ਖੁਸ਼ੀ ਆ ਕਿ ਅੱਜ ਵੀ ਲੋਕ ਸ਼ੌਕਤ ਸਾਹਿਬ ਦੀ ਉਹ ਪਰਫੋਰਮੈਂਸ ਨੂੰ, ਅਤੇ ਜਿੰਨੀ ਵਾਰੀ ਉਹ ਕੈਨੇਡਾ ਆਏ ਨੇ ਉੱਨੀ ਵਾਰੀ ਲੋਕ ਹਜ਼ਾਰਾਂ ਦੀ ਤਾਦਾਦ 'ਚ ਉਹਨਾਂ ਨੂੰ ਵੇਖਣ ਜਾਂਦੇ ਸੀ। ਅਤੇ ਮੇਰੇ ਲਈ ਇੱਕ ਹੋਰ ਖੁਸ਼ੀ ਦੀ ਗੱਲ ਇਹ ਸੀ ਕਿ ਜਾਂਦੇ ਉਹ ਜਿਹੜੇ ਲਿਬਾਸ ਪਹਿਨਦੇ ਸੀ ਨਾ ਉਹ ਮੈਨੂੰ ਦੇ ਜਾਂਦੇ ਸੀ, ਮੈਂ ਉਹਨਾਂ ਦੀਆਂ ਸਲਵਾਰਾਂ ਅਤੇ ਕਮੀਜ਼ਾਂ ਮਿਹਨਤ ਕਈ ਵਰੇ ਹੰਢਾਈਆਂ ਨੇ,
ਅਤੇ ਹਮੇਸ਼ਾ ਉਹਨਾਂ ਨੂੰ ਇੱਜ਼ਤ ਨਾਲ ਯਾਦ ਕਰਦਾ। ਇਹੋ ਜਿਹੇ ਇਨਸਾਨ ਵਾਰ ਵਾਰ ਥੋੜ੍ਹੀ ਪੈਦਾ ਹੁੰਦੇ ਨੇ। ਇੱਕ ਅੱਛਾ ਫਨਕਾਰ ਹੋਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ, ਪਰ ਉਹਦੇ ਨਾਲ ਇੱਕ ਅੱਛਾ ਇਨਸਾਨ ਜਿਹਦੇ ਅੰਦਰ ਦਿਲ ਧੜਕਦਾ ਉਹ ਬਹੁਤ ਮੁਸ਼ਕਲ ਹੈ। ਸ਼ੌਕਤ ਸਾਹਿਬ ਇੱਕ ਮਰਦ ਉਹ ਸੀ ਜਿਹਦੇ ਅੰਦਰ ਗਲੇ 'ਚ ਵੀ ਗੱਲ ਸੀ ਅਤੇ ਉਹਨਾਂ ਦੇ ਜਿਉਣ ਦੀ ਜਿਹੜੀ ਉਹਨਾਂ ਦਾ ਸਟਾਈਲ ਸੀ ਉਹਦੇ ਵਿੱਚ ਵੀ ਲੋਕਾਂ ਦੀ ਇੱਜ਼ਤ ਸੀ। ਆਈ ਮਿਸ ਅੱਲਾਹ ਅਕਬਰ ਅੱਲਾਹ ਅਕਬਰ। ਅਸਲਾਮ ਅਲੈਕੁਮ ਤਮਾਮ ਸੁਣਨ ਵਾਲਿਆਂ ਨੂੰ ਨਿਸਾਰ ਬਾਰ ਸਲਾਮਤ ਕਰਦਾ ਜੀ। ਅਤੇ ਮੈਂ ਯਾਨੀ ਪਾਕਿਸਤਾਨ ਤੋਂ ਬੋਲ ਰਿਹਾ ਔਰ ਲਾਹੌਰ ਤੋਂ ਬੋਲ ਰਿਹਾ ਖਾਸ ਕਰਕੇ। ਔਰ ਮੈਂ ਇੱਕ ਵੀਡੀਓ ਦੇਖਿਆ, ਆਡੀਓ ਵੀ ਦੇਖਿਆ ਮੈਂ। ਉਹ ਅਕਰਮ ਰਾਈ ਇੱਕ ਆਰਟਿਸਟ ਹੈ, ਆਰਟਿਸਟ ਕਹਿਤਾ ਮੈਨੂੰ ਮਾਫ਼ ਕਰਨਾ, ਅਤੇ ਉਹ ਆਰਟਿਸਟਾਂ ਦੇ ਕੋਲ ਬਹਿਣ ਵਾਲਾ ਹੈ ਅਤੇ ਉਹਨੇ ਸ਼ੌਕਤ ਅਲੀ ਸਾਹਿਬ ਦੇ ਬਾਰੇ 'ਚ ਫਜ਼ੂਲ ਦੀਆਂ ਗੱਲਾਂ ਵੀ ਕੀਤੀਆਂ। ਔਰ ਫਜ਼ੂਲ ਗੱਲਾਂ ਇਸ ਵੇਲੇ ਕਰਦੇ ਨੇ ਉਂਝ ਤਾਂ ਇਹਨਾਂ ਦੀ ਕੋਈ ਗੱਲ ਸੁਣਦਾ ਨਹੀਂ, ਹੈਂਜੀ, ਅਤੇ ਉਹ ਕਹਿੰਦੇ ਚਲੋ ਸਾਡੀ ਵਾਰੇ ਇਸ ਤਰ੍ਹਾਂ ਹੀ ਕੋਈ ਗੱਲ ਸੁਣ ਲਏਗਾ। ਪਿਛਲੇ ਦਿਨਾਂ 'ਚ ਨਾ ਕੁਛ ਚੰਦ ਸਾਲ ਹੋ ਗਏ ਨੇ ਜੀ, ਇੱਕ ਮੋਹਾਲੀ ਚੰਡੀਗੜ੍ਹ ਇੱਧਰ ਉੱਧਰ ਅਸੀਂ ਕਾਫੀ ਸਾਰਾ ਇੱਕ ਪ੍ਰੋਗਰਾਮ ਬਣਿਆ ਸੀ ਅਤੇ ਉਹ ਸ਼ੌਕਤ ਅਲੀ ਸਾਹਿਬ ਨੂੰ ਅਤੇ ਅਨੈਤ ਹੁਸੈਨ ਭੱਟੀ ਸਾਹਿਬ ਨੂੰ ਹਾਂ ਜੀ ਇਹ ਮੈਂ ਹੀ ਲੈ ਕੇ ਗਿਆ ਸੀ ਜੀ ਇੱਥੋਂ। ਅਤੇ ਇਹ ਗਏ ਸਾਂ ਅਸੀਂ ਇੱਥੋਂ ਇੱਥੇ ਆਪਣਾ ਬਾਈ ਟ੍ਰੇਨ ਗਏ ਸਾਂ, ਅਤੇ ਜਿਵੇਂ ਖੁਦਾ ਸੱਚ ਹੈ ਇਸੇ ਤਰ੍ਹਾਂ ਹੀ ਮੈਂ ਸੱਚ ਬੋਲ ਰਿਹਾ, ਇਸ ਕਰਕੇ ਖੁਦਾ ਦਾ ਹੁਕਮ ਹੈ ਕਿ ਸੱਚ ਬੋਲੋ। ਜਿਹਦਾ ਨਾਂ ਅਕਰਮ ਰਾਈ, ਉਹਨੇ ਨਾ ਐਵੇਂ ਇੱਕ ਕੋਲੋਂ ਬਣਾਈ ਗੱਲ ਕਿ ਜੀ ਉੱਥੇ ਇੱਕ ਪ੍ਰੋਗਰਾਮ ਹੋਇਆ ਸੀ ਅਤੇ ਉੱਥੇ ਇੰਝ ਕੀਤਾ ਸੀ ਅਤੇ ਉੱਥੇ ਗੋਲਡ ਮੈਡਲ ਪਿਆ ਸੀ ਅਤੇ ਮੈਨੂੰ ਪਿਆ ਸੀ ਅਤੇ ਉਹ ਸ਼ੌਕਤ ਅਲੀ ਨੂੰ ਪਾਉਣਾ ਸੀ। ਨਾ ਨਾ ਸ਼ੌਕਤ ਅਲੀ ਵਰਗਾ ਜੰਮਿਆ ਹੀ ਨਹੀਂ, ਉਹ ਸ਼ੌਕਤ ਅਲੀ ਇੱਕ ਬਲਾ ਦਾ ਨਾਂ, ਸ਼ੇਰ ਦਾ ਨਾਂ, ਵੱਡਾ ਆਦਮੀ ਜਿਹਨੇ ਹਿੰਦੁਸਤਾਨ 'ਚ ਵੀ ਔਰ ਪਾਕਿਸਤਾਨ 'ਚ ਦੋਵਾਂ ਪੰਜਾਬਾਂ ਦੇ ਵਿੱਚ ਹੈ ਜੀ ਆਪਣੀ ਇੱਜ਼ਤ ਬਣਾਈ। ਅਤੇ ਇਹ ਅਕਰਮ ਰਾਈ ਜਿਹੜੀਆਂ ਗੱਲਾਂ ਕਰਦੇ ਨੇ, ਮੈਨੂੰ ਮੈਂ ਉਹ ਦੇਣਾ ਹੀ ਅਵਾਰਡ ਸੀ ਸ਼ੌਕਤ ਅਲੀ ਨੂੰ ਅਤੇ ਮੈਨੂੰ ਦੇ ਦਿੱਤਾ ਉਹਨਾਂ ਨੇ। ਇਹਦਾ ਗਾਣਾ ਹੈਗਾ ਇਸ ਕਾਬਲ, ਜਿਹੜਾ ਜਿਸ ਬੰਦੇ ਨੇ ਵੀ ਇਹ ਗੱਲ ਸੁਣੀ ਹੈ ਉਹ ਆਪਣੇ ਅੰਦਰ ਫੈਸਲਾ ਕਰੇ ਅਤੇ ਰੱਬ ਨੂੰ ਸੱਚਾ ਸਮਝ ਕੇ ਕਰੇ ਕਿ ਇਹ ਬੰਦਾ ਹੈਗਾ ਇਸ ਡਿਸਕਸ ਦੇ ਕਾਬਲ, ਨਹੀਂ ਅੱਲਾ ਦੀ ਕਿਸਮ ਇਹ ਝੂਠਾ ਆਦਮੀ ਹੈ। ਅਤੇ ਇਹ ਅਕਰਮ ਰਾਈ ਜੀ ਮੈਨੂੰ ਇਹ ਅਵਾਰਡ ਮਿਲੇ ਅਤੇ ਇਹਨੂੰ ਕਾਹਦਾ ਅਵਾਰਡ, ਉੱਥੇ ਤਾਂ ਪ੍ਰੋਗਰਾਮ ਹੀ ਕੋਈ ਐਸਾ ਨਹੀਂ ਹੋਇਆ, ਖਾਣੇ ਦਾ ਪ੍ਰੋਗਰਾਮ, ਦੋ ਤਿੰਨ ਜਗ੍ਹਾ 'ਤੇ ਖਾਣੇ ਦਾ ਪ੍ਰੋਗਰਾਮ ਸੀ, ਇੱਕ ਜਗ੍ਹਾ 'ਤੇ ਸਟੇਡੀਅਮ 'ਚ ਸ਼ੋਅ ਹੈ ਹੈਂਜੀ, ਅਤੇ ਉਸ 'ਚ ਅਨੈਤ ਸਿੰਘ ਭੱਟੀ ਸਾਹਿਬ ਵੀ ਸਨ ਅਤੇ ਸ਼ੌਕਤ ਅਲੀ ਸਾਹਿਬ ਵੀ ਸਨ ਅਤੇ ਮੇਰਾ ਨਾਮ ਨਿਸਾਰ ਬਾਟ ਹੈ, ਮੈਂ ਕਾਮੇਡੀਅਨ ਗਿਆ ਸਾਂ, ਮੈਨੂੰ ਥੋੜ੍ਹੇ ਜਿਹੇ ਲੋਕ ਜਾਣਦੇ ਨੇ ਜ਼ਿਆਦਾ ਨਹੀਂ, ਅਤੇ ਉਹ ਇਸ ਕਰਕੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅਕਰਮ ਰਾਈ ਨੂੰ ਝੂਠ ਮਾਰ ਰਿਹਾ, ਤੇਰੀ ਇਹੀ ਇੱਜ਼ਤ ਬੜੀ ਹੈ ਕਿ ਤੂੰ ਉਹਨਾਂ ਦੇ ਨਾਲ ਚਲੇ ਗਿਆ ਸਾਂ, ਉਹ ਸਾਰਾ ਸ਼ੋਅ ਮੈਂ ਲੈ ਕੇ ਗਿਆ ਸਾਂ। ਮੈਨੂੰ ਜਿਹੜੇ ਸ਼ੇਖਪੁਰੇ ਦੇ DC ਸਨ ਨਾ ਸਦੀਕ ਸਾਹਿਬ, ਉਹਨਾਂ ਨੇ ਕਿਹਾ ਸੀ ਕਿ ਯਾਰ ਐਮ ਏ ਲਗਾ ਤੇ ਲੈ ਕੇ ਜਾਣਾ, ਸਾਰੇ ਬੰਦਿਆਂ ਨੂੰ ਮੈਂ ਲੈ ਗਿਆ ਸਾਂ, ਸਾਡੀਆਂ ਗੱਲਾਂ ਵੀ ਉਹਨਾਂ ਨੇ ਸੁਣੀਆਂ, ਉਹਨਾਂ ਨੇ ਕਿਹਾ ਹਾਂ ਜੀ ਠੀਕ ਹੈ। ਉਹਨਾਂ ਕਿਹਾ ਜੀ ਸ਼ੌਕਤ ਅਲੀ ਸਾਹਿਬ ਨੂੰ ਅਤੇ ਰੇਸ਼ਮਾ ਜੀ ਨੂੰ ਅਤੇ ਅਨੈਤ ਸਿੰਘ ਭੱਟੀ ਨੂੰ, ਜਿਹੜੇ ਵੱਡੇ ਬੰਦੇ ਨੇ ਨਾ ਉਹ ਐ ਨੇ, ਅਤੇ ਬਾਕੀ ਛੋਟੀ ਟੀਮ ਜਿਹੜੀ ਉਹ ਇੰਝ ਕਰ ਲਓ। ਮੈਂ ਫਿਰ ਕਿਹਾ, ਮੈਂ ਕਿਹਾ ਜੀ ਇੰਝ ਕਰ ਲਈਏ, ਅਗਰ ਕੋਈ ਬੰਦਾ ਸ਼ਾਰਟ ਹੋਵੇ ਤਾਂ ਕੀ ਕਰੀਏ। ਉਹਨੇ ਕਿਹਾ ਜੀ ਸ਼ਾਰਟ ਹੋਵੇ ਤਾਂ ਫਿਰ ਕੋਈ ਤੁਹਾਨੂੰ ਸਮਝ ਹੋਵੇ ਉਹ ਕਰ ਲੈਣਾ। ਮੈਂ ਕਿਹਾ ਚਲੋ ਯਾਰ, ਅਗਰ ਆਰ ਫਲੋਰ ਨਹੀਂ ਹੁੰਦਾ ਆਸਟ੍ਰੇਲੀਆ ਜਾ ਰਿਹਾ ਅਤੇ ਉਹ ਇੰਝ ਕਰਨੇ ਆ, ਫਿਰ ਅਕਰਮ ਰਾਈ ਨੂੰ ਪਾ ਲਾਂਗੇ। ਇਹ ਅੱਗੇ ਇਹੋ ਜਿਹਾ ਸ਼ੌਕੀਨ ਸੀ ਕਿ ਮੈਂ ਜਾ ਕੇ ਆ ਕੇ ਝੂਠੀਆਂ ਗੱਲਾਂ ਫੈਲਾਵਾਂਗਾ। ਅੱਲਾ ਖੈਰ ਕਰੇ ਜੀ, ਮੇਰੇ ਸੋਹਣੇ ਪੰਜਾਬ ਦੀ ਸਦਾ ਸਲਾਮਤ ਰਹੇ, ਮੇਰੇ ਸੋਹਣੇ ਪੰਜਾਬ ਦੀ ਲੋ, ਇੱਕੋ ਸਾਡਾ ਮਾਤਾ ਪਿਤਾ, ਇੱਕੋ ਹੀ ਸਾਡਾ ਪਿਓ। ਅੱਲਾ ਖੈਰ ਕਰੇ, ਕੋਈ ਗੱਲ ਗਲਤ ਲੱਗਦੀ ਹੋਵੇ ਤੁਹਾਨੂੰ ਤਾਂ ਮੈਨੂੰ ਮਾਫ਼ ਕਰ ਦੇਣਾ। ਪਰ ਉਹ ਕੰਪੀਟੀਸ਼ਨ ਥੋੜ੍ਹੀ ਸੀ, ਉਹ ਤਾਂ ਜਿਵੇਂ ਕਲਚਰ ਪ੍ਰੋਗਰਾਮ ਸੀਗਾ, ਉਹਦੇ 'ਚ ਕੋਈ ਨੰਬਰ 1 ਨੰਬਰ 2 ਦਾ ਤਾਂ ਕੋਈ ਲੈਣਾ ਨਹੀਂ ਸੀ। ਉਹ ਤਾਂ ਹਰਨੇਕ ਸਿੰਘ ਕੜੂਆ ਨੇ ਇੰਡੋ ਪਾਕ ਮੇਲਾ ਕਰਾਇਆ ਸੀ, ਰੇਸ਼ਮਾ ਵੀ ਸੀ ਉਹ 'ਚ, ਠੀਕ ਹੈ ਨਾ, ਰੇਸ਼ਮਾ ਸੀ ਤੇ ਅਨੈਤ ਹਸੈਨ ਭੱਟੀ ਸੀ ਤੇ ਸ਼ੌਕਤ ਸਾਹਿਬ ਸੀਗੇ। ਮੇਰੇ ਕੋਲ ਸਾਰੀ ਆਈ ਵਾਜ਼ ਐਂਕਰ, ਮੈਂ ਕੋਟ ਪੈਂਟ ਟਾਈ ਲਾਈ ਹੋਈ ਹੈ ਤੇ ਮੇਰੇ ਕੋਲ ਵੀਡੀਓ ਪਈਆਂ ਨੇ।
ਮੈਂ ਸ਼ੌਕਤ ਸਾਹਿਬ ਨੂੰ ਪੇਸ਼ ਕੀਤਾ ਸੀਗਾ ਕਿ ਸਟੇਜ ਤੇ, ਮੈਂ ਹੀ ਬੁਲਾਇਆ ਸੀ ਉਹਨਾਂ ਨੂੰ। ਸੋ ਏਦਾਂ ਦਾ ਥੋੜੀ ਕੋਈ ਕੋਈ ਮੁਕਾਬਲਾ ਕਰਦਾ ਸੀ ਉਹ ਇੰਡੀਆ, ਉਹ ਸਾਡਾ ਕ੍ਰਿਕਟ ਦਾ ਮੈਚ ਥੋੜੀ ਸੀ। ਧੱਕੇ ਦੇਵਣ ਵਾਲੇ ਬਹੁਤੇ, ਇੱਕ ਤੂੰ ਹੱਥ ਪਕੜਨ ਵਾਲਾ। ਮੈਂ ਬੋਲਦਾ ਅੱਜ ਕੱਲ੍ਹ ਆਪਣੀਆਂ ਆਪਣੀਆਂ ਸਪੀਚਸ ਦੇ ਵਿੱਚ, ਇਹ ਪਹਿਲਾ ਸ਼ੇਰ ਸੀ ਉਹਨਾਂ ਦਾ, ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ, ਓੜਕ ਤੇ ਦੀਰਕ ਤੇ ਤਿਨ ਗਿਆ ਮੁਹੰਮਦ। गुज़श्ता दिनों मैंने एक सोशल मीडिया पे एक प्रोग्राम देखा जिसमें हमारे सिंगर जनाब अकरम राही साहब ने ये कहा कि 96 में या 97 में चंडीगढ़ में एक म्यूज़िक का कंपटीशन हुआ। उस वक्त के जो होस्ट थे वो इस वक्त के सीएम पंजाब हैं, जो मेरे मैं उनका सरबाला था। मोहसिन आऊगा ऊपर, मोहसिन इनका बेटा मोहसिन अब्बास, वो मेरा सरबाला। और जब मैं खुद 98 में उनकी शादी में गया था शामिल होने के लिए अपने वाले साहब के साथ, और मैं उनका सरबाला था, तो उन्होंने मुझे वो कैसेट दी जो पॉल म्यूज़िक से रिलीज़ है, और वो ऑलरेडी रिलीज़ भी है सोशल मीडिया पे, शायद वो मिल जाए, वरना मेरे पास है। तो ये एक इंतहाई अफसोसनाक बात है, ऐसी वाक्य को बताए जिसके गवाह मौजूद हैं। मैं सुरेंद्र कौर जी थी जो शौकतरी साहब को बैठ के सुन रही थी, बल्कि चरणजीत आहूजा साहब ने शौकतरी साहब को सोने की चेन भी दी, और लाइफ टाइम अचीवमेंट अवार्ड शौकत अली साहब ने आसा सिंह मस्ताना जी को दिया, जो बहुत बड़े पंजाब के सिंगर हैं। एंड पे जनाब शौकत अली साहब ने गाया। तो ऐसी बातें नहीं करनी चाहिए जिससे किसी बड़े आर्टिस्ट की फैमिली की दिलाजारी हो और जो सच पे मबनी ना हो।